ਹੁਣ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਚਰਨਾਂ ਦੀ ਨਿੱਘ ਮਾਣਦੇ ਗੁਰੂ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਲਘੂ ਕਥਾ ਹੈ ਕਿ ਜਦ ਸੂਰਜ ਪਹਿਲੀ ਵਾਰ ਅਸਤਨ ਲੱਗਾ ਸੀ ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ ਚਾਨਣ ਘੱਟ ਰਿਹਾ ਸੀ, ਚਾਨਣ ਘੱਟ ਰਿਹਾ ਸੀ, ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ ਅਤੇ ਕਹਿੰਦੇ ਆ ਲੋਕਾਂ 'ਚ ਹਾਹਾਕਾਰ ਮੱਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨੇਰਾ ਪੱਸਰ ਜਾਊਗਾ, ਕਿਸੇ ਨੂੰ ਕੁਛ ਦਿਸੂ ਨਾ ਅਤੇ ਸਾਡਾ ਕੀ ਬਣੂਗਾ। ਦੁਨੀਆ ਫਿਕਰਮੰਦ ਸੀ ਪਰ ਸੂਰਜ ਅਸਤਿਆ, ਹਨੇਰੇ ਨੇ ਆਪਣਾ ਜ਼ੋਰ ਵਿਖਾਉਣ ਲਈ ਧਰਤੀ 'ਤੇ ਪੈਰ ਪਾਇਆ, ਪਰ ਕਹਿੰਦੇ ਆ ਦੂਰ ਕਿਸੇ ਝੌਂਪੜੀ 'ਚੋਂ ਇੱਕ ਦੀਪਕ ਨੇ ਸਿਰ ਚੁੱਕਿਆ। ਉਸਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ, ਹੋਰ ਕੁਛ ਨਹੀਂ ਤੇ ਆਪਣੇ ਆਲੇ ਦੁਆਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ, ਆਪਣੇ ਆਲੇ ਦੁਆਲੇ ਤਾਂ ਚਾਨਣ ਕਾਇਮ ਕਰਾਂਗਾ। ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਆ ਹਰ ਝੁੱਗੀ ਝੌਂਪੜੀ 'ਚ ਇੱਕ ਦੀਪਕ ਉੱਠਿਆ ਅਤੇ ਦੁਨੀਆ ਹੈਰਾਨ ਰਹਿ ਗਈ ਕਿ ਇਹਨਾਂ ਦੀਪਕਾਂ ਨੇ ਹਨੇਰੇ ਨੂੰ ਪੱਸਰ ਨੂੰ ਰੋਕਿਆ ਅਤੇ ਲੋਕ ਦੇਖ ਸਕੇ। ਤਾਂ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ, ਤਾਂ ਹੋਰ ਕੁਛ ਨਹੀਂ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਅਤੇ ਅਰਦਾਸ ਕਰਦਾ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ। ਮੈਂ ਕਿਉਂਕਿ ਇੱਕ ਖਾਸ ਮਿਸ਼ਨ 'ਤੇ ਇਸ ਦੇਸ਼ 'ਚ ਆਇਆ, ਉਹ ਇੱਕ ਛੋਟਾ ਜਿਹਾ ਮਿਸ਼ਨ ਹੈ, ਕਿਉਂਕਿ ਤੁਸੀਂ ਤਾਂ ਬਹੁਤ ਵੱਡੇ ਮਿਸ਼ਨ ਨੂੰ ਇੱਥੇ ਅੱਜ ਦਾ ਵਿਸ਼ਾ ਬਣਾਇਆ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਹੈ ਮਨੁੱਖੀ ਅਧਿਕਾਰਾਂ ਦਾ, ਅਤੇ ਮਨੁੱਖੀ ਅਧਿਕਾਰਾਂ 'ਚੋਂ ਵੀ ਇੱਕ ਛੋਟਾ ਜਿਹਾ ਹਿੱਸਾ ਮੈਨੂੰ ਦੇ ਦਿਓ ਤਾਂ ਮੈਂ ਗੱਲ ਕਰਦਾ ਕਿ ਅੱਜ ਅਸੀਂ ਕੈਨੇਡਾ 'ਚ ਇੱਕ ਰਿਪੋਰਟ ਦੀ ਗੱਲ ਕਰਨ ਆਏ ਸਾਂ। ਉਹ ਰਿਪੋਰਟ ਜੋ ਪਿਛਲੇ 10 ਸਾਲਾਂ ਦੀ ਜ਼ਬਰ ਦੀ ਇੱਕ ਕਹਾਣੀ ਨੂੰ ਬਿਆਨ ਕਰਦੀ ਹੈ, ਅਤੇ ਉਸ ਰਿਪੋਰਟ ਨੂੰ ਜਦ ਅਸੀਂ ਸ਼ੁਰੂ ਕਰਨ ਲੱਗੇ ਸਾਂ ਉਸ ਤੋਂ ਪਹਿਲਾਂ ਸਾਡੇ ਕੋਲ ਸੈਂਕੜੇ ਰਿਪੋਰਟਾਂ ਸੀਗੀਆਂ, ਪਰ ਇੱਕ ਸਵਾਲ ਸੀ ਜਿਹੜਾ ਉਹਨਾਂ ਰਿਪੋਰਟਾਂ 'ਚੋਂ ਸਾਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ। ਉਹ ਸਵਾਲ ਇਹ ਸੀ ਕਿ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ, ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆ 'ਤੇ ਜਰਵਾਣਿਆ ਨਹੀਂ ਛੱਡਿਆ, ਪਰ ਮਾਂ ਦਾ ਦਿਲ ਐਸਾ ਹੁੰਦਾ ਹੈ ਕਿ ਉਹ ਪੁੱਤ ਦੀ ਲਾਸ਼ ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਉਹਦਾ ਪੁੱਤ ਉਹਨੂੰ ਛੱਡ ਗਿਆ। ਅਤੇ ਜਿੰਨਾ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆਂ ਉਹ ਸਾਡੇ 'ਤੇ ਸਵਾਲ ਕਰ ਰਹੀਆਂ ਸੀ ਕਿ ਇੰਨਾ ਤਾਂ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ। ਉਹਨਾਂ ਭੈਣਾਂ ਦੇ ਵੀਰ
उन्हां भैणां दे हत्थां च फड़ियां रखड़ियां वीरां नूं डीक रहियां सी। कई बीबियां भैणां साडियां असीं घरों तोरन लई रोकी खड़े सां, क्योंकि जिन्हां नाल मंगियां सी, जिन्हां नाल विआहुणियां सी, पुलिस ने चुकिया, सानूं पता नहीं। साडी रवायत है कि साडी धी उहदी है, लेकिन पता नहीं उह आऊगा कि नहीं। इस कहानी नूं जदों असीं शुरू कीता तां पहलां तां असीं इस गल ते अंकड़े इकट्ठे कीते कि किन्ने पुत, किन्ने भरा, किन्ने पति ते किन्ने बच्चे लापता ने। पर जदों असीं इस विशे ते गल शुरू कीती तां अनेकां मावां, अनेकां भैणां इह गल कहिण लई तैयार नहीं सी। उह कहिंदियां सी, पुत जे गल तुसां गां कर दित्ती, साडा पुत जिंदा है अजे, उह मार देणगे, तुसीं गल ना करिओ, असीं तुहानूं वी नहीं दसणा। तां असीं इक रफ जिहा एसटीमेट दुनिया दे सामने रखिआ कि कल्ले अमृतसर जिले च 2000 बच्चे लापता है, सरकार सानूं दस्से कि उह कित्थे ने। सरकार चुप सी। असीं फिर कुछ परिवारां वल्लों हाई कोर्ट च पटीशनां कराईआं कि दस्सो इह बच्चे कित्थे ने। ਤਾਂ ਸਰਕਾਰ ਨੇ ਹਲਫੀਆ ਬਿਆਨ ਦਿੱਤੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਾਣਦੇ ਹੀ ਨਹੀਂ। ਜਦੋਂ ਗੱਲ ਹੋਰ ਅੱਗੇ ਵਧੀ ਤਾਂ ਜ਼ੁਲਮ ਦੇ ਇੰਚਾਰਜ ਨੇ KPS ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਮਨੁੱਖੀ ਅਧਿਕਾਰ ਵਿੰਗ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕੁਛ ਨਹੀਂ ਕਰ ਰਹੇ। ਇਹਨਾਂ ਦਾ ਇੱਕ ਮੋਟਿਵ ਹੈ ਕਿ ਇਹ ਬੌਕਰ ਖੜੀ ਕਰੀ ਰੱਖਣਾ ਚਾਹੁੰਦੇ ਹੈ ਕਿ ਪੰਜਾਬ 'ਚ ਕਿਤੇ ਅਮਨ ਨਾ ਹੋ ਜਾਵੇ। ਅਤੇ ਇਹ ISI ਦੇ ਏਜੰਟ ਨੇ ਅਤੇ ਸਾਡੀ ਪੁਲਿਸ ਮਸ਼ੀਨਰੀ ਨੂੰ ਡਿਸਕਰਜ ਕਰਕੇ ਦੁਬਾਰਾ ਮਿਲੀਟੈਂਸੀ ਉਭਾਰਨ ਲਈ ਸਾਜ਼ਿਸ਼ਾਂ ਕਰ ਰਹੇ ਨੇ। KPS ਗਿੱਲ ਨੇ ਇੱਥੋਂ ਤੱਕ ਕਿਹਾ ਕਿ ਮੈਂ ਦੱਸਦਾ ਉਹ ਬੱਚੇ ਕਿੱਥੇ ਹੈ। ਉਸ ਨੇ ਕਿਹਾ ਕਿ ਇਹ ਬੱਚੇ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ। ਅਤੇ ਇਹ ਮਨੁੱਖੀ ਅਧਿਕਾਰ ਸੰਗਠਨ ਸਾਨੂੰ ਕਹਿ ਰਹੇ ਨੇ ਕਿ ਹਜ਼ਾਰਾਂ ਬੱਚੇ ਲਾਪਤਾ ਨੇ। ਇੱਕ ਚੈਲੰਜ ਸੀਗਾ ਸਾਨੂੰ, ਇੱਕ ਚੈਲੰਜ ਸੀ ਉਸ ਹਕੀਕਤ ਨੂੰ ਜਿਹੜੀ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ। ਅਤੇ ਫਿਰ ਭਰਾਓ, ਅਸੀਂ ਇਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ 'ਚ ਪਾਇਆ ਜਿੱਥੇ ਸਾਨੂੰ ਕਈਆਂ ਖਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ। ਲੇਕਿਨ ਅਸੀਂ ਗਏ ਉੱਥੇ ਜਿੱਥੇ ਸਾਡੇ ਭਰਾ ਗਏ ਸੀ। ਅਸੀਂ ਮੜੀਆਂ 'ਚ ਗਏ, ਅਸੀਂ ਜਾ ਕੇ ਉੱਥੇ ਡਿਊਟੀਆਂ ਦਿੰਦੇ ਮੁਲਾਜ਼ਮਾਂ ਨੂੰ ਪੁੱਛਿਆ ਕਿ ਸਾਨੂੰ ਇੰਨਾ ਕੀ ਦੱਸ ਦਿਓ ਕਿ ਇਸ ਸਮੇਂ 'ਚ ਪੁਲਿਸ ਨੇ ਤੁਹਾਨੂੰ ਕਿੰਨੀਆਂ ਕਲਾਸ਼ਾਂ ਦਿੱਤੀਆਂ ਸੀ। ਤਾਂ ਕੋਈ ਕਹੇ ਅਸੀਂ 8-10 ਰੋਜ਼ ਦੀਆਂ ਸਾੜਦੇ ਸਾਂ, ਕੋਈ ਕਹੇ ਕਿ ਕੋਈ ਹਿਸਾਬ ਹੀ ਨਹੀਂ, ਕਦੀ ਟਰੱਕ ਪੂਰਾ ਆ ਜਾਂਦਾ ਸੀ, ਕਦੀ 2-4 ਆਉਂਦੀਆਂ ਸੀ। ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ, ਤਾਂ ਉਹਨਾਂ ਸਾਨੂੰ ਕਿਹਾ ਕਿ ਇੱਕ ਥਾਂ ਤੋਂ ਹਿਸਾਬ ਮਿਲ ਸਕਦਾ। ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਅਤੇ ਬਾਲਣ ਸਾਨੂੰ ਮਿਊਂਸਪਲ ਕਮੇਟੀ ਦਿੰਦੀ ਸੀ, ਕਿਉਂਕਿ ਮਿਊਂਸਪਲ ਕਮੇਟੀ ਦੇ ਨਿਯਮ ਨੇ ਇੱਥੇ ਵੀ ਹੋਣਗੇ ਕਿ ਸ਼ਹਿਰ ਦੇ ਵਿੱਚ ਲਾਵਾਰਸ ਲਾਸ਼ ਕੋਈ ਵੀ ਮਿਲੇ ਤਾਂ ਉਹਨੂੰ ਸ਼ਹਿਰ ਦੀ ਮਿਊਂਸਪੈਲਿਟੀ ਆਪਣੇ ਖਰਚੇ 'ਤੇ ਸੰਸਕਾਰ ਕਰਦੀ ਹੈ। ਤਾਂ ਫਿਰ ਗੁਰੂ ਦੇ ਪਿਆਰਿਓ, ਕੋਈ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ ਜਿੱਥੇ ਜਾ ਕੇ ਅਸੀਂ ਵੇਖਿਆ ਕਿ ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ। ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਰੋਜ਼ਾਨਾ ਕਿੰਨਾ ਬਾਲਣ ਇਸ਼ੂ ਹੁੰਦਾ ਸੀ ਲਿਖਿਆ ਪਿਆ ਸੀ। ਉੱਥੇ ਇਹ ਲਿਖਿਆ ਪਿਆ ਸੀ ਕਿ ਕਿੰਨੀਆਂ ਲਾਸ਼ਾਂ ਕਿਹੜਾ ਪੁਲਿਸ ਅਫਸਰ ਦੇ ਕੇ ਗਿਆ ਹੈ। ਅਤੇ ਜਦੋਂ ਅਸੀਂ ਉਸ ਤੋਂ ਵੀ ਅੱਗੇ ਗਏ ਤਾਂ ਉੱਥੇ ਇਹ ਵੀ ਲਿਖਿਆ ਪਿਆ ਸੀ ਕਿ ਕਿਹੜਾ ਥਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ। ਅਤੇ ਇਸ ਤੋਂ ਵੀ ਅੱਗੇ ਕਹਿੰਦੇ ਆ, ਜਦੋਂ ਕੋਈ ਜ਼ਿਆਦਾ ਹੀ ਹੰਕਾਰ 'ਚ ਆ ਜਾਵੇ ਜਾਂ ਆਪਾਂ ਕਹਿ ਲੈਂਦੇ ਹਾਂ
कि उन्हें रब भुल जाता है, तो यहोजियां कारवाइया करता कि उन्हें पता ही नहीं होंदा कि यह कारवाइया उहदी हकीकत नूं नंगियां कर देणगियां, जां जिवें देसी ढंग नाल आपां कहिंदे आ कि चोर निशान छड जांदा। तां इन्हां चोरां ने इन्ने निशान छड दित्ते सी कि असीं हैरान रह गए कि अमृतसर जिले के तिन्नां शहरां दीआं म्यूनसिपल कमेटियां दे शमशान घाटां च 6017 लाशां अजिहियां सन जिहड़ियां साफ लिखियां सन कि ये सिख नौजवानों दीआं लाशां ने जिन्हां दी उम्र 15 तों 35 साल के दरम्यान है। तो उन्होंने सिर्फ वो भरावां दीआं ही नहीं, उहदे च लिखियां सी कि बीबियां दीआं लाशां भी ने। तो असीं हैरान होए कि उहदे विच लिखिया सी कि इत्थे बजुर्गां दीआं लाशां भी ने, चाहे वह कुछ परसेंट सी। तो ये भी उत्थे लिखिया है कि उत्थे साडियां मातावां दीआं लाशां भी ने। उत्थे माता गरमेज कौर जिन्हें बाबा माणोचाल जम्मिया सी उहदी लाश भी सानूं लभी। उत्थे बीबी महेंद्र कौर जिन्हें परमजीत सिंह पंजवड़ जम्मिया उहदी लाश भी सानूं लभी। ते उत्थे हरमिंदर सिंह सुल्तानवंड दे चाचे बाबा प्यारा सिंह दी लाश भी सानूं लभी। ते भराओ जदों सानू ये सारी हकीकत मिली तां असीं उस देश की उच्च अदालत च गए, असीं पंजाब ते हरियाणा हाई कोर्ट का दरवाजा खड़काया कि जरवाणियो घट्टो घट सानू ये डिटेल तो दे दिओ कि केड़ी लाश केदी है, ताकि असी हरेक मां भैन नू दस सकीए, हरेक बाप नू दस सकीए कि वो अपने दिल दे विच जो धारी अरदास है वो सतगुरां पास कर सके कि सतगुरु मेरे पुत नू अपने चरणां च नवास बख्शी। ये अपनी रवायत है, असी पुत मंगदे आ सतगुरु पास अरदास करके, असी अपने घर दे जीआं नूं तोरदे हां सतगुर पास अरदास करदे हां कि चरणां नाल ला लै। तां असी जद इह मंग कीती कि कुछ नहीं चाहीदा सानू, सानू घट्टो घट इह दस दिओ कि किहड़े घर दा हीरा ਕਿਹੜੀ ਸ਼ਮਸ਼ਾਨ ਘਾਟ 'ਚ ਤੁਸੀਂ ਕਦੋਂ ਸਾੜਿਆ ਸੀ। ਕਿਉਂਕਿ ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਹੈ, ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੇ ਕੱਪੜੇ ਉਦੋਂ ਤੱਕ ਸਾਂਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਸ ਕਲੇਮ ਨਾ ਕਰੇ। ਪਰ ਉਹ ਦੇਸ਼ ਜੋ ਸਭ ਤੋਂ ਵੱਡੀ ਜਮਹੂਰੀਅਤ ਅਤੇ ਨਿਆਂ ਪਸੰਦ ਕਹਾਉਂਦਾ ਹੈ, ਉਸਦੇ ਹਾਈ ਕੋਰਟ ਨੇ ਸਾਨੂੰ ਕਿਹਾ ਕਿ ਇੰਝ ਕਰੋ, ये पबलिक इंट्रस्ट लिटीगेशन तो बनती नहीं, ये नाल बहुत वड्डा मसला खड़ा हुंदा है, तुसी हरेक परिवार नू जिन्ना दी लाश है भेज दिओ, असी उन्हां नू जानकारी देंगे। कानून नाल मखौल किया गया है, एक कौम नाल मखौल किया गया है, तो उन्हां लोकां नाल मखौल किया गया है जेड़े होर कुछ नहीं मंगते, सिर्फ डैथ सर्टिफिकेट ही मंगते सी। क्योंकि असी हाई कोर्ट तो मंगिया कि सानू साडे नाल संबंधित वीर भरा दी लाश की जानकारी चाहिए है, वो सानू कह रहे हैं कि जेदी जानकारी तुहानू हैगी आ उहदे बारे आ जाओ। ये पंजाब ते हरियाणा हाई कोर्ट ने सानू जवाब दिता है। चाहे असी हुण सुप्रीम कोर्ट च जावांगे, चाहे असी हर कानूनी कार्रवाई करांगे, पर सब तो वड्डी कचहरी लोकां दी कचहरी हुंदी है, ते असी लोकां दी कचहरी च दुनिया पद्धर ते जाना चाहुंदे कि ए दुनिया वालिओ तुसां सानू अतवादी आख्या, तुसां सानू फिरका प्रस्त आख्या, पर जिन्हां नूं तुसां अमन दे मसीहे आख्या सी, जिन्हां नूं तुसां जमहूरीयत दे पैगंबर कहा सी, उन्हां दी असलीयत जाणो ते सानू दसो कि आखिर अतवादी कौन है ते सतवादी कौन है। क्योंकि
असी ये बहुत कह सकते हैं कि साढ़े ते जुलम बहुत होया, लेकिन जुलम का पूरा हिसाब रखण का हाले सानू अभ्यास नहीं होया। असी अबाउट 50,000 अबाउट 1 मिलियन ये सारा कुछ कह दें, दुनिया के पढ़े लिखे लोग अतबार नहीं करते, एग्जैक्ट फिगर मंगते हैं। तो उदे वास्ते असी ये भी कहने कि आओ तुसी सारे ही इस मसले के उत्ते, क्योंकि ये मसला उन्हां परिवारों का मसला नहीं, एक कौम का मसला है, ये दुनिया की मानवता का मसला है। तुसी सारे इस मसले नूं जिथे भी है जिस भी ढंग नाल है उस ढंग दे नाल पेश करो, ते उस हकूमत नूं उस मशीनरी नूं उस न्याय प्रणाली नूं लानता पाओ, ते लोकां नूं असलियत दसो, तां तुसी साडी इस काम च जरूर मदद करो। मेरे भराओ, गुरु पास अरदास करो कि सच्चियों असी अणखीले बने रहिए। जिस काम लई सानूं साजिया गया सी उहदे ते पहरा दे सकीए, गुरु दीआं खुशियां प्राप्त कर सकीए। गुरु तो सब कुछ मंगदे हैं, गुरु तो एक दात असी मंगदे नहीं डरदे, गुरु कोल बड़ियां दातां ने, पर सब तो वड्डी दात सतगुरां कोल केड़ी है? सब तो वड्डी दात दुध दी नहीं गी, पुत दी नहीं गी। ते गुरु हुण गद्दी भी किसे नूं नहीं देंदे, किसे साध नूं हुण गुरु नहीं बना सकदे। गुरु ने जद गुर गद्दी श्री गुरु ग्रंथ साहिब जी नूं दे दित्ती सी, तां उहदे कोल एक विशेष दात सी जिहड़ी जिहड़ा मर्जी सिख लै सकदा, ते उस विशेष दात नूं गुरां दे तों बाद सिखां ने इन्ना सत्कार कीता है, ते वो विशेष दात है गुरु दे कोल है, वो है शहादत दी दात। जिन्हां नूं ये दात मिलती है वो गुरु तो नहीं बनते, लेकिन गुरु तो बाद साड़ी कौम दे सब तो वध सत्कार तो लोक बनते हैं। तो मैं ये आस करदा है, मैं कोई सियासी लीडर तो है नहीं कि कोई सियासी लाइन या सियासी पैंतड़ा कर सकां, मनुखी अधिकारां दे प्लेटफार्म तो मैं तुहानू जरूर कहूँगा, खालसा मनुखी अधिकारां दी राखी कर ले, दुनिया दे मनुखी अधिकारां दी राखी कर ले, साजा गया सी। ते जे अपने मनुखी अधिकार ही ना बचा सकियो तो दुनिया च तुसी खालसे दी डेफिनेशन कुछ भी नहीं दे सकोगे। उत्थे तुहानू सारयां नू बेनती करदा है कि सतगुर तो लैणा ही ना सिखो, सतगुर तो कुछ जो तुहानू हदायत होई है वह भी पूरी करनी सीखो, सारा कुछ ये विच आ जाऊगा, सारिया खुशियां प्राप्त होणगियां। इन्ना ही कहिंदा होया, आओ फतेह सांझी करिए। वाहिगुरु जी का खालसा, श्री वाहिगुरु जी की फतेह।